ਡੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਭਰਿਆ ਰੇ। ਕਹਾ ਬੁੱਧ ਪ੍ਰਭ ਤੁਚ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ। ਮੂਕ ਉਚਰੇ ਸ਼ਾਸਤਰ ਖੱਟ ਪਿੰਗ ਗਿੜਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਉ ਕਾਲ ਕਿਰਪਾ ਕਰਾਏ ਜੀ ਅਜੰਤ ਸਭ ਸਰਨ ਤੁਮਾਰੀ। ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ। ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੰਨ ਭੰਨ ਕਰੀਐ ਘਰ ਘਰ ਭੱਜੈ ਢਾਹੇ ਉਸਾਰੇ ਉਸਰੇ ਢਾਹੈ ਸਰ ਭਰ ਸੋਖੈ ਭੀ ਭਰ ਪੋਖੈ ਸਮਰਥ ਵੇ ਪਰਵਾਹੈ। ਭੰਨ ਭੰਨ ਕਰੀਐ ਘਰ ਘਰ ਭੱਜੈ ਢਾਹੇ ਉਸਰੈ ਉਸਾਰੇ ਉਸਰੇ ਢਾਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਨ ਜੀ ਸਾਧ ਸੰਗਤ ਜੀ ਆਪ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੁੱਤਰ ਹਜ਼ੂਰੀ ਅੰਦਰ ਇਕੱਤਰ ਹੋ ਰਹੇ ਹੋ। ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਾਮ ਰੂਪੀ ਕਥਾ ਨੂੰ ਸਰਵਨ ਕਰਨ ਵਾਸਤੇ। ਇਸੇ ਤਰ੍ਹਾਂ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ। ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਲੈਸ ਦਸ ਜੋੜਨ ਦੇ ਖੋਟ ਜਿਵੇਂ ਮਹਾਰਾਜ ਜੀ ਆਪ ਬਚਨ ਕਰਦੇ ਹਨ ਕਿ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਕਿ ਵੱਡੇ ਭਾਗ ਤੋਂ ਬਿਨਾ ਵਿਭਾਗ ਗ੍ਰੇਟ ਫੋਰਚੂਨ ਸੰਗ ਸਤਸੰਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਵਿਭਾਗ ਦਿਸ ਗ੍ਰੇਟ ਫੋਰਚੂਨ ਗੁਰੂ ਸਾਹਿਬ ਜੀ ਬਲੈਸ ਅਸ ਵਿਦ ਟੂ ਕਮ ਐਂਡ ਸਿਟ ਇਨ ਦ ਸ਼ਰਨ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਜੋ ਸੁਖ ਕਾਉ ਚਾਹੈ ਸਦਾ ਸਰਨ ਰਾਮ ਕੀ ਲੇਹ ਨੌਵੇਂ ਪਾਤਸ਼ਾਹ ਜੀ ਦੇ ਬਚਨ ਵਰਡਸ ਆਫ ਨਾਇਨਥ ਗੁਰੂ ਗੁਰੂ ਤੇਗ ਬਹਾਦਰ। ਇਫ ਯੂ ਵਾਂਟ ਸੁਖ ਜੋ ਸੁਖ ਕਉ ਚਾਹੈ ਸਦਾ ਸਦਾ ਵਾਸਤੇ ਜਿਹੜਾ ਮਨੁੱਖ ਸੁੱਖ ਚਾਹੁੰਦਾ ਹੈ ਗੁਰੂ ਸਾਹਿਬ ਜੀ ਆਹ ਬਚਨ ਕਰਦੇ ਹਨ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚੜ੍ਹ ਵਿੱਚ ਆਉਣਾ ਕਰ। ਖਮਿੰਗ ਟੂ ਦ ਕੋਰਟ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਐਂਡ ਆਲ ਸੁਖ ਮੀ ਗੇਵ ਕਮਿੰਗ ਹੈ। ਮਹਾਰਾਜ ਜੀ ਦੇ ਬਚਨ ਸੁਣ ਕੇ ਲਿਸਨ ਟੂ ਦ ਗੁਰੂ ਹੈਸ ਸਾਹਿਬ ਫਿਰ ਮੰਨ ਕੇ ਫਿਰ ਨਿਆਸ। ਗੁਰੂ ਮਹਾਰਾਜ ਜੀ ਸਪੀਕਸ ਪੈਲ ਦੇ ਜਪਜੀ ਸਾਹਿਬ ਦਾ ਪਾਠ ਕੇ ਪਹਿਲਾਂ ਸੁਣਨਾ ਫਿਰ ਮੰਨਣਾ ਫਿਰ ਨਿੰਦਿਆਸਨ ਭਾਵੇਂ ਅਪਣਾਉਣਾ ਹੈ ਟੂ ਅਪਲਾਈਡ ਇਨ ਟੂ ਆਰ ਲਾਈਵਸ ਗੁਰੂ ਸਾਹਿਬ ਜੀ ਸੈਜ਼ ਇਨ ਗੁਰਬਾਣੀ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਲੈਸ ਅਸ ਵਿਦ ਸੋ ਮਚ ਗੁਰਬਾਣੀ ਸੋ ਮਚ ਬਾਣੀ ਬੇਅੰਤ ਬਾਣੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਟ੍ਰੈਵਲ ਦ ਹੋਲ ਵਰਲਡ ਸਾਰੀ ਦੁਨੀਆ ਗੋਇੰਗ ਅਰਾਊਂਡ ਸਪ੍ਰੈਡਿੰਗ ਦਿਸ ਸਿੱਖਿਆ ਗਿਵਿੰਗ ਦੀਜ਼ ਡਿਫਰੈਂਟ ਟੀਚਿੰਗਸ ਟੂ ਦ ਹੋਲ ਵਰਲਡ। ਤਿਨਹੇ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ ਪੁਟਿੰਗ ਐਵਰੀਬਾਡੀ ਬੈਕ ਔਨ ਦ ਪਾਥ ਰਿਮੂਵਿੰਗ ਐਵਰੀਬਾਡੀ ਫਰੋਮ ਦੇ ਕਰਮ ਕਾਂਡ ਫਰੋਮ ਆਲ ਦ ਪਾਪ ਆਲ ਦ ਸਿਨ ਦੈਟ ਦੇ ਡੂਇੰਗ ਆਲ ਦ ਫਾਲਸ ਪ੍ਰੈਕਟਿਸਿਸ
Guru Nandiji Maharaji came to put us all back on the path. Whether that was the Hindus, Muslim, whether that was people here within Italy, going to Rome, meeting the Pope, Guru Nandiji Maharaji gave this sikha to everybody. This asanganji in the last katha, Guru Nandiji Maharaji in this bani of Oankar bani, which Guru Nandiji recited to a pandit at this time at a mandir called Oankar mandir. Uthe Guru Nandiji Maharaji paunchke Guru Sahib ji met this pandit who is teaching the panti akhar in Sanskrit. The Guru Maharaji asked him, what is the meaning of each akhar? The pandit didn't know what to say, so Guru Maharaji aap, they themselves give the arth of jire panti akhar han. Guru Sahib ji tells us, what does each letter mean? So in the Gurumukhi alphabet, Guru Maharaji, we go through each akhar. Sasa, Dadda, Adak. The Hon Sasanga ji in the 41st body, Guru Sahib ji speak about the akhar of Pabba. But also pehla Sasanga ji, Jossi Sarvan ki te san, what we went through the last katha, Guru Maharaji spoke to us about this idea of somebody crying out all the time. Okay. When the whole life passes, when somebody's whole life passes and they come to the end of their life and they realize, okay, what have I done? What have I achieved in my life? What change karam have I done? Ja mande karam, my good and bad actions. The Guru Maharaji said in that last week's katha, je lor hai var kamani, satgur sev hai te hai, je lor hai var kamani. Je kar jagyasu roop istari, ਆਪਣੇ ਪਤੀ ਪਰਮੇਸ਼ਰ ਨੂੰ ਚਾਹੁੰਦੀ ਹੈ, ਸ਼ੀ ਵਾਂਟਸ ਟੂ ਮੀਟ ਹਰ ਪਤੀ ਪਰਮੇਸ਼ਰ ਵਾਹਿਗੁਰੂ ਜੀ, ਫਿਰ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਤਾਂ ਸਤਿਗੁਰ ਸੇਵ ਹੈ ਤੇ ਹੈ ਕਿ ਗੁਰੂ ਮਹਾਰਾਜ ਜੀ ਦੀ ਸੇਵਾ ਕਰਿਆ ਕਰੋ ਪ੍ਰੇਮ ਦੇ ਨਾਲ। ਇਫ ਵੀ ਵਾਂਟ ਟੂ ਮੀਟ ਵਾਹਿਗੁਰੂ ਜੀ, ਜੇ ਲੋੜ ਹੈ ਵਰ ਕਾਮਨੀ, ਸਤਿਗੁਰ ਸੇਵ ਹੈ ਤੇ ਹੈ, ਫਿਰ ਮਹਾਰਾਜ ਜੀ ਦੀ ਸੇਵਾ ਕਰੋ ਮਨ ਕਰਕੇ, ਸਰੀਰ ਕਰਕੇ ਅਤੇ ਬਾਣੀ ਕਰਕੇ ਸੇਵਾ ਕਰੋ। ਵਿਵ ਆਰ ਮਾਇੰਡ ਪਾਵੇ ਗੁਰਬਾਣੀ ਦੀ ਵਿਚਾਰ ਕਰਕੇ, ਗੁਰ ਕੀ ਸੇਵਾ ਸ਼ਬਦ ਵਿਚਾਰ ਖਮਜ਼ੇ ਗੁਰਬਾਣੀ, ਫਿਰ ਟੂ ਡੂ ਵਿਚਾਰ ਔਨ ਗੁਰਬਾਣੀ ਕਿ ਮਹਾਰਾਜ ਜੀ ਕੀ ਕਹਿ ਰਹੇ ਨੇ। ਵਟ ਇਜ਼ ਅ ਸਿੱਖਿਆ ਦਾ ਗੁਰੂ ਸਾਹਿਬ ਜੀ ਕੇ ਇਸ ਵਾਸਤੇ ਟੀਚਿੰਗ। ਫਿਰ ਸਰੀਰ ਕਰਕੇ ਹਾਥ ਪਾਓ ਸਭ ਕਾਮ ਕਰ ਚੀਤ ਨਿਰੰਜਨ ਨਾਲ, ਭਗਤ ਜੀ ਦੇ ਵਚਨ ਕਿ ਵਿਵ ਆਰ ਹੈਂਡਸ ਐਂਡ ਫੀਟ, ਹਾਥ ਪਾਓ ਕਰ ਕਾਮ ਸਭ, ਟੂ ਡੂ ਆਵਰ ਕਿਰਤ, ਕਿਰਤ ਕਰਨੀ, ਅਰਨਿੰਗ ਓਨੈਸਟ ਲਿਵਿੰਗ, ਪਰ ਚੀਤ ਨਿਰੰਜਨ ਨਾਲ। ਈਵਨ ਦਾ ਵੇ ਵਰਕਿੰਗ ਸਰੀਰ ਕਰਕੇ, ਮਨ ਕਰਕੇ, ਆਵਰ ਮਾਇੰਡ ਇਜ਼ ਵੇ ਵਾਹਿਗੁਰੂ ਜੀ, ਫਿਰ ਬਾਣੀ ਕਰਕੇ ਭਾਵੇ ਗੁਰਬਾਣੀ ਪੜ੍ਹਨੀ, ਜਾਪ ਕਰਨਾ, ਦੀਜ਼ ਖਾਨ ਥਿੰਗਸ ਟੂ ਵਿਸਾਈ ਗੁਰਬਾਣੀ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ ਆਦਿਕ। ਸੋ ਜੇ ਲੋੜ ਹੈ ਵਰ ਕਾਮਨੀ, ਸਤਿਗੁਰ ਸੇਵ ਹੈ ਤੇ ਹੈ, ਫਿਰ ਮਹਾਰਾਜ ਜੀ ਦੀ ਸੇਵਾ ਕਰੋ। ਫਿਰ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਕਿ ਬਿਰਲੋ ਗਿਆਨੀ ਬੂਝਣਾ, ਬਿਰਲੋ, ਬਿਰਲੋ ਮੀਨਸ ਬਿਰਲਾ, ਵੈਰੀ ਰੈ, ਦੋਜ਼ ਹੂ ਮਨ ਸਰੀਰ ਅਤੇ ਬਾਣੀ ਕਰਕੇ ਦੇ ਸਰਵ ਦ ਗੁਰੂ ਬਹੁਤ ਵੇਲੇ ਹੁੰਦੇ, ਵੈਰੀ ਰੈ ਟੂ ਫਾਈਨ। ਬਿਰਲੋ ਗਿਆਨੀ ਬੂਝਣਾ, ਸਤਿਗੁਰ ਸਾਚ ਮਿਲੇ ਠਾਕੁਰ ਹੱਥ ਵਡਾਈਆ, ਕਿ ਵਾਹਿਗੁਰੂ ਜੀ ਦੇ ਹੱਥ ਵਿੱਚ, ਇਨ ਦਾ ਹੈਂਡਸ ਆਫ ਵਾਹਿਗੁਰੂ ਇਜ਼ ਆਲ ਵੱਡੀ ਆਈ ਆ, ਓ ਗ੍ਰੇਟਨੈਸ ਇਜ਼ ਅ ਫਾਨ ਇਨ ਵਾਹਿਗੁਰੂ ਜੀਜ਼ ਹੈਂਡਸ, ਐਂਡ ਇਫ ਵੀ ਸਰਵ ਦਾ ਵਨ ਜੈ ਭਾਵ ਹੈ ਤੈ ਦੇ, ਬਾਈ ਮੇਕਿੰਗ ਦਾ ਵਨ
ਵਾਹਿਗੁਰੂ ਜੀ ਹੈਪੀ, ਫਿਰ ਅਸੀਂ ਪ੍ਰਾਪਤ ਕਰਦੇ ਹਾਂ। ਵੀ ਗੇਨ ਦੋਜ਼ ਲੱਛਣ, ਦੋਜ਼ ਗੁਣ, ਦੋਜ਼ ਗਿਫਟਸ ਫਰੋਮ ਦ ਗੁਰੂ, ਉਹਨਾਂ ਦੀ ਸੇਵਾ ਕਰਕੇ। ਸੋ ਗੁਰੂ ਮਹਾਰਾਜ ਜੀ ਖਾਇਡੋਨ ਕੇ ਇਹ ਬਾਣੀ ਮਹਾਂਪੁਰਖ ਕੀ ਕੇ ਇਹ ਬਾਣੀ ਜੋ ਦੱਖਣੀ ਓਂਕਾਰ ਦੀ ਬਾਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹ ਬਾਣੀ ਮਹਾਂਪੁਰਖ ਕੀ, ਇਹ ਸਤਿਗੁਰੂ ਜੀ ਦੀ ਬਾਣੀ ਹੈ। ਦਿਸ ਇਜ਼ ਵਾਹਿਗੁਰੂ ਜੀ ਬਾਣੀ, ਦਿਸ ਇਜ਼ ਦ ਗੁਰੂਜ਼ ਬਾਣੀ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰੂ ਸਿੱਖੋ ਹੋ, ਹਰ ਕਰਤਾ ਆਪ ਮੋਹ ਕਢਾਏ। ਗੁਰੂ ਮਹਾਰਾਜ ਜੀ ਸੇਜ਼ ਦੈਟ ਦੀਸ ਵਰਡਸ ਆਰ ਨੋਟ ਮਾਈ ਵਰਡਸ, ਹਰ ਆਪ ਜਿਸੇ ਕਰਤਾ ਵਾਹਿਗੁਰੂ ਜੀ ਆਪ ਮੋਹ ਕਢਾਏ, ਦੇ ਪੁੱਟ ਦੀਸ ਵਰਡਸ ਔਨਟ ਮਾਈ ਰਸਨਾ, ਦੇ ਪੁੱਟ ਦੇਮ ਔਨਟ ਮਾਈ ਟੰਗ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇਰ ਲਾ ਲੋ। ਗੁਰੂ ਨਾਨਕ ਦੇਵ ਸੇਜ਼ ਐਜ਼ ਦੀਸ ਵਰਡਸ ਕਮ ਟੂ ਮੀ ਫਰੋਮ ਵਾਹਿਗੁਰੂ ਜੀ, ਆਈ ਸਪੀਕ ਦੈਮ, ਆਈ ਬ੍ਰਿੰਗ ਦੈਮ ਫੋਰਵਰਡ ਟੂ ਯੂ ਗਾਇਸ। ਸੋ ਨਿਜ ਘਰ ਵਾਸਾ ਹੋਏ, ਨਿਜ ਘਰ, ਨਿਜ ਮੀਨਸ ਆਪਣੇ ਘਰ, ਆਪਣੇ ਘਰ ਹੈ ਮੀਨਸ ਆਪਣੇ ਸਰੀਰ ਰੂਪੀ ਘਰ ਵਿੱਚ ਵਾਸਾ ਹੋਏ, ਉਸ ਬਾਣੀ ਵਸ ਜਾਂਦੀ ਹੈ। ਕਿਵੇਂ? ਸਾਧ ਸਿੰਘ ਜੀ ਸੇਵਾ ਕਰਕੇ ਅਤੇ ਵਿਚਾਰ ਕਰਕੇ, ਬਟ ਵਿਚਾਰ ਵਾਂ ਗੁਰੂ ਸਾਹਿਬ ਜੀ ਸੈਂਟ ਅਗੇਨ, ਮਨ ਬਾਣੀ ਅਤੇ ਸਰੀਰ ਕਰਕੇ ਸੇਵਾ ਕਰਨੀ ਹੈ। ਗੁਰੂ ਸਾਹਿਬ ਡੂਇੰਗ ਦਿਸ ਕਿ ਇਹ ਬਾਣੀ ਮਹਾਂਪੁਰਖ ਕੀ, ਫਿਰ ਇਸ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਫਿਰ ਸਾਹ ਇਸ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਂਦੀ ਹੈ। ਵਿਜ਼ਾਇਡ ਇਨ ਸਾਰਾ ਹਾਰਟ ਬਾਏ ਡੂਇੰਗ ਦੀਸ ਥਿੰਗਸ। ਸੋ ਗੁਰੂ ਮਹਾਰਾਜ ਜੀ ਸਪੋਕ ਬਾਏ ਦਿਸ ਇਨ ਦ ਲਾਸਟ ਕਥਾ, ਹੁਣ ਅੱਗੇ ਸਾਧ ਸਿੰਘ ਜੀ ਇਸ ਕਥਾ ਦੇ ਵਿੱਚ ਗੁਰੂ ਮਹਾਰਾਜ ਜੀ ਕੰਟੀਨਿਊਜ਼ ਵਿਦ ਉਪਦੇਸ਼ ਅਬਾਊਟ ਥਿੰਗਸ ਦਾ ਆਰ ਕ੍ਰੀਏਟਿਡ ਐਂਡ ਡਿਸਟਰੋਇਡ ਅਰਾਊਂਡ ਅਸ, ਇਜ਼ ਆਲਵੇਜ਼ ਅ ਸਾਈਕਲ ਆਫ ਕ੍ਰੀਏਸ਼ਨ ਐਂਡ ਡਿਸਟਰਕਸ਼ਨ। ਸੋ ਆਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ, ਸਾਰੀ ਸੰਗਤ ਕਿਰਪਾ ਕਰੋ ਅਤੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਨ ਭਨ ਘੜੀਐ ਘੜ ਘੜ ਭੱਜੈ, ਢਾਹੇ ਉਸਾਰੈ ਉਸਰੇ ਢਾਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਇਫ ਯੂ ਕੈਨ ਰੀਡ ਦ ਸ਼ਬਦ ਔਨ ਦ ਬੋਰਡ ਐਜ਼ ਵੈਲ, ਇਜ਼ ਵੈਰੀ ਰਿਪੈਟੀਟਿਵ ਕਿ ਭਨ ਭਨ ਘੜੀਐ, ਭਨ ਭਨ ਹੇ ਸਾਧ ਸਿੰਘ ਜੀ ਮੀਨਸ ਟੂ ਡਿਸਟਰੋਏ ਕਿ ਨਾਸ਼ ਕਰਨਾ, ਫਿਰ ਘੜੀਐ ਕ੍ਰੀਏਟ ਪੈਦਾ ਕਰਨਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਤਾਰ ਸਫ਼ਰ ਸੈਂ ਕੇ ਵਾਹਿਗੁਰੂ ਜੀ ਐਟ ਵਨ ਪੁਆਇੰਟ ਇਨ ਟਾਈਮ, ਵਾਹਿਗੁਰੂ ਜੀ ਭਨ ਭਨ, ਵਾਹਿਗੁਰੂ ਜੀ ਕ੍ਰੀਏਟਡ ਐਵਰੀਥਿੰਗ, ਅਸਥੂਲ ਤੱਤ ਅਤੇ ਸੂਖਮ ਤੱਤ, ਔਰ ਸੂਖਮ ਤੱਤ ਓ ਦੀਸ ਡਿਫਰੈਂਟ ਐਲੀਮੈਂਟਸ ਸੀ ਅਰਾਊਂਡ ਅਸ, ਸਥੂਲ ਤੱਤ ਪਾਵੇ ਸਾਧ ਸਿੰਘ ਜੀ, ਫਾਇਰ, ਅਰਥ, ਵਾਟਰ, ਐਰ ਐਂਡ ਈਫਾ ਸਪੇਸ, ਵਾਹਿਗੁਰੂ ਜੀ ਕ੍ਰੀਏਟਡ ਓ ਦੀਸ ਥਿੰਗਸ, ਫਿਰ ਘੜੀਐ ਉਹ ਭਨ ਭਨ ਘੜੀਏ, ਫਿਰ ਉਹਨੂੰ ਨਾਸ਼ ਕਰਕੇ ਦੁਬਾਰਾ ਹੀ ਸਾਧ ਸਿੰਘ ਜੀ ਸੈਕਿੰਡ ਟਾਈਮ ਵਾਹਿਗੁਰੂ ਜੀ ਕ੍ਰੀਏਟਡ ਐਂਡ ਡਿਸਟਰੋਇਡ, ਢਾਹੇ ਉਹ ਸਾਰੇ ਉਸਦੇ ਢਾਹੇ, ਅਤੇ ਵਾਹਿਗੁਰੂ ਜੀ ਡਿਡ ਇਟ ਅਗੇਨ ਐਂਡ ਅਗੇਨ। ਸੋ ਵਾਹਿਗੁਰੂ ਜੀ ਇਜ਼ ਕ੍ਰੀਏਸ਼ਨ, ਵਾਹਿਗੁਰੂ ਜੀ ਮੇਡ ਆਲ ਅਰਾਊਂਡ ਅਸ, ਇਟਸ ਨਾਟ ਜਸਟ ਕਮ ਵਾਂਸ, ਇਟਸ ਕਮ ਮੈਨੀ ਟਾਈਮਸ, ਲਾਇਕ ਵੀ ਵੀਰ ਐਂਡ ਜਪਜੀ ਸਾਹਿਬ ਕੀਤਾ ਪਸਾਓ ਏਕੋ ਕਵਾਓ, ਤਿਸ ਤੋਂ ਹੋਏ ਲੱਖ ਦਰੀਆ, ਵਾਹਿਗੁਰੂ ਜੀ ਇਜ਼ ਮੇਡ ਦਿਸ ਹੋਲ ਸੰਸਾਰ ਮੈਨੀ ਟਾਈਮਸ, ਇਟ ਵਾਜ਼ਨਟ ਜਸਟ ਵਾਂਸ, it's come many times in the past and even this dunya we see around us, it's here today, when the future will be destroyed and Vaheguru ji make another one. Hanji sar par sokh hai pihi par pokh hai samrat viparwah, phir sa singh ji sar par sokh hai, sare means sarovar, a pool, sar par jira sarovar hai ga sa singh ji, ਉਹ ਪਾਣੀ ਦੇ ਨਾਲ ਭਰਿਆ ਹੋਇਆ ਹੈ, ਇਸ ਫਿਰ ਵੋਟਰ, ਵੀ ਨੋ ਦਾ ਸਾਰ ਭਾਰ
ਸੌਖਾ ਹੈ। ਵਾਹਿਗੁਰੂ ਜੀ ਦੇ ਸਾਹਿਜ ਦੇ ਕੇ ਮੇਕ ਦਾ ਸੌਖਾ ਮੀਨਸ ਸੁਕਾ ਦਿੰਦਾ ਹੈ, ਟੂ ਮੇਕ ਇਟ ਜੁਆਏ। ਇਹ ਵਾਹਿਗੁਰੂ ਜੀ ਵਾਂਟਸ ਦੇ ਕੇ ਮੇਕ ਦਾ ਫੂਲ ਜੁਆਏ ਐਂਡ ਦੇ ਕੇ ਫਿਲ ਇਟ ਵਾਟਰ ਅਗੇਨ। ਸੋ ਗੁਰੂ ਸਾਹਿਬ ਜੀ ਸਹੀ ਕਿ ਸਾਰਾ ਭਾਰ ਸੌਖਾ ਪੀ ਪਾਵੇ ਫਿਰ ਵੀ ਉਹ ਈਵਨ ਆਫਟਰਵਰਡਸ ਭਾਰ ਭੁੱਖ ਹੈ, ਦੇ ਕੇ ਫਿਲ ਇਟ ਵਾਟਰ ਅਗੇਨ। ਸਮਰੱਥ ਵੇ ਪਰਵਾਹ, ਕਿਉਂਕਿ ਵਾਹਿਗੁਰੂ ਜੀ ਆਪ ਸਰਬ ਸ਼ਕਤੀਵਾਨ ਹੈ। ਦੇ ਹੈਵ ਆਲ ਦ ਸ਼ਕਤੀ, ਦੇ ਹੈਵ ਆਲ ਦ ਪਾਵਰ, ਦੇ ਕੈਨ ਗਿਵ ਐਂਡ ਦੇ ਕੈਨ ਟੇਕ। ਮਾਰੇ ਰਾਖੇ ਏਕੋ ਆਪ, ਮਾਨੁਖ ਕਹਿ ਕੇ ਜਨਾ ਹੀ ਹੱਥ। ਵਾਹਿਗੁਰੂ ਜੀ ਕੈਨ ਗਿਵ ਲਾਈਫ, ਦੇ ਕੈਨ ਟੇਕ ਲਾਈਫ, ਅਤੇ ਮਨੁੱਖ ਦੇ ਹੱਥ ਵਿੱਚ ਮਾਨ ਜੀ ਆਪ ਕਹਿ ਰਹੇ ਨੇ ਮਾਨੁੱਖ ਹੀ ਕਿ ਜਨਾ ਹੀ ਹੱਥ। ਦੇਰ ਇਜ਼ ਨੋ ਪਾਵਰ ਇਨ ਆਰ ਹੈਂਡਸ, ਜਿਸ ਹੱਥ ਜੋੜ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਅੱਖ ਨਾ ਜੋੜ ਚੁੱਪੇ ਨੇ ਹਜੋਰ, ਵੀ ਖਾਣੀ ਵਿੱਚ ਤੇ ਖੁਆਇਆ, ਵੀ ਖਾਣੀ ਵਿੱਚ ਸਪੀਕ, ਜੋ ਨਾ ਮੰਗਣ ਦੇ ਨਾ ਜੋਰ, ਜੋ ਨਾ ਜੀਵਨ ਮਰਨ ਹੈ ਜੋਰ, ਵੀ ਖਾਣੀ ਵਿੱਚ ਲਿਵ, ਵੀ ਖਾਣੀ ਵਿੱਚ ਡਾਈ, ਵਿਵਾਹ ਵਾਹਿਗੁਰੂ ਜੀ ਹੁਕਮ, ਵਿਵਾਹ ਦੇ ਸਹੀ, ਇਟਸ ਆਲ ਇਨ ਦੇ ਹੈਂਡਸ। ਸੋ ਗੁਰੂ ਮਹਾਰਾਜ ਜੀ ਗਿਵਸ ਇਸ ਅਰਥ, ਇਹ ਪਹਿਲਾ ਅਰਥ ਹੈ, ਦਿਸ ਇਜ਼ ਦਾ ਫਸਟ ਮੀਨਿੰਗ। ਸਮਰੱਥ ਹੈ ਫਿਰ ਵੇ ਮੋਹਤਾਜੇ, ਮਹਾਰਾਜ ਜੀ ਸੇਇੰਗ ਕਿ ਵੇ ਪਰਵਾਹ ਹੈ, ਮਾਫ ਕਰੋ ਜੀ, ਵਿਚ ਮੀਨਸ ਟੂ ਬੀ ਬੇ ਮੋਹਤਾਜ, ਟੂ ਬੀ ਵਾਹ ਐਨੀ ਖੈ, ਨਾਨਕ ਵਿਕਸੇ ਵੇ ਪਰਵਾਹੋ। The Vaheguruji again creates in this story, but Vaheguruji has no moho, they have no attachment. Sade vich moya, we have attachment to everything. We have attachment to something that we create, and if it gets destroyed, we have dukkh. But look how many times Vaheguruji has created everything. Paana paana kariye, kara kara pajye. Again and again, more and more ke Vaheguruji has created everything. How many relationships do we have in one life, and how much dukkh and sukkh do we gain from those relationships? But Maharaj ji, aap they are veparvah. Vaheguru ji is detached. Vaheguru ji doesn't have that same attachment, that dukkh sukkh that we have with the moho that we have with the dunya. So ye pehla arth hai. Dooja arth sa sangat ji, Maharaj ji is talking about our gun. Jede shubh gun han ate ashubh gun. Our good and bad actions. So Maharaj says, okay, dwara paro ji, pan pan kariye. ਭਨ ਭਨ ਘੜੀਏ, ਘੜ ਘੜ ਭੱਜੈ, ਢਾਹੇ ਉਸਾਰੇ ਉਸਰੇ ਢਾਹੈ। ਸਮਾਸ਼ਸ ਕੇ ਭਨ ਭਨ ਘੜੀਏ, ਘੜੀਏ ਹੈ ਮੀਨਸ ਟੂ ਕ੍ਰੀਏਟ। ਕੈ ਵਨ ਪੁਆਇੰਟ ਵੀ ਹੈਡ ਸੋ ਮਨੀ ਸ਼ੁਭ ਗੁਣ, ਬਟ ਭਨ ਭਨ ਕੇ ਵੀ ਵਾਹਿਗੁਰੂ ਜੀ ਦੇ ਸਾਜ ਦੇ ਕੇ ਠੇਕ ਹੈ ਓਲ ਆ ਸ਼ੁਭ ਗੁਣ, ਓਲ ਆ ਚੰਗੇ ਕਰਮ ਖਮੀ ਠੇਕ ਨੇ ਵੀ ਵਾਹਿਗੁਰੂ ਜੀ ਦੇ ਸਾਜ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਵਾਹਿਗੁਰੂ ਜੀ ਗਿਵਸ ਗੁਣ ਟੂ ਦੋਜ਼ ਹੂ ਹੈਵ ਨੋ ਗੁਣ, and those that have gun, they give them more gun. But kai vari sadh sangat ji, when we get filled with hankar, when hankar comes inside of us and it grows, then Vaheguru ji, sometimes what they do, they put us back in our place. But phir bhi Maharaj ji bachan karde han ke je gur chidke ta meetha lage, that even if my guru shouts at me, my guru puts me in a place, ta meetha lage, it is still sweet to me. So ਭਨ ਭਨ ਘੜੀਏ ਕਿ ਵਾਹਿਗੁਰੂ ਜੀ, ਐਂਡ ਮੈਨੀ ਟਾਈਮਸ ਅਲਾਈਜ਼ ਯੂ ਕੈਨ ਹੈਵ ਸ਼ੁਭ ਗੁਣ ਐਂਡ ਦੇ ਕੈਨ ਬੀ ਟੇਕਨ ਅਵੇ, ਬਟ ਵਾਹਿਗੁਰੂ ਜੀ ਕੈਨ ਵੀ ਸਟੋਰ ਦ ਸ਼ੁਭ ਗੁਣ, ਦੇ ਕੈਨ ਗਿਵ ਅਸ ਮੋਰ ਸ਼ੁਭ ਗੁਣ, ਦੇ ਕੈਨ ਗਿਵ ਅਸ ਅਸ ਗੁੱਡ ਕੁਆਲਿਟੀਜ਼, ਵਾਟ ਆਰ ਸ਼ੁਭ ਗੁਣ ਕੇ ਸੱਤ ਸੰਤੋਖ, ਦਇਆ ਨਿਮਰਤਾ ਪਿਆਰ, ਟੂ ਹੈਵ ਦੀਜ਼ ਡਿਵਾਈਨ ਕੁਆਲਿਟੀਜ਼। ਸੋ ਵਾਹਿਗੁਰੂ ਜੀ ਕੈਨ ਬਲੈਸ ਅਸ ਵਿਦ ਅਸ, ਘਰ ਘਰ ਭੱਜੈ, ਐਂਡ ਜਿਹੜੇ ਅਸ਼ੁਭ ਗੁਣ ਹਨ ਸਾਧ ਸਿੰਘ ਜੀ, ਵੀ ਬਿਲਟ ਅਪ ਸੋ ਮੈਨੀ ਬੈਡ ਕੁਆਲਿਟੀਜ਼ ਇਨਸਾਈਡ ਅਸ, ਕਿ ਝੂਠ ਬੋਲਣਾ, ਠੱਗੀ, ਧੋਖਾ, ਟੂ ਬੀ ਡਿਸੀਫੁਲ, ਟੂ ਹਰ ਅਵਰ ਪੀਪਲ, ਟੂ ਲਾਏ, ਜੋ ਅਸੀਂ ਦੇਖਦੇ ਹਾਂ ਦੁਨੀਆਂ ਦੇ ਵਿੱਚ, ਕਾਲ ਯੁੱਗ ਦਾ ਪੈਰਾ ਹੈ, ਸਾਰੇ ਪਾਸੇ ਅਸੀਂ ਦੇਖਦੇ ਹਾਂ ਪੀਪਲ ਲਾਏ,
they cheat other people, they deceitful people, jin man hor mukh hor se kande kachya. Maharaj says that from face value they look like one thing. Mithe bachan bolde, they speak very sweet words, but in the background jin man hor mukh hor man hor ke Maharaj saying ke is something different. They're not the same. Like we say two-faced people, right? And then Maharaj says in Asa Ki War ke those who do salam and jawab do vah kare mund ho ko tha jaye. They may come in one place and speak with such sweet words, but when they go outside and they don't have to see that person anymore, fe jawab, they speak against that person. This is Kaljug da pair. This is the time where jhoot is everywhere. There's falsehood everywhere. Jithe vi assi dekhde ha, it's just jhoot. So Guru Maharaj is saying ke ghar ghar bhajje, that Vaheguru Ji is the one that can destroy all those negative qualities that sit inside us. Because kai vaar we think, I don't want to be a jealous person, I don't have irkha inside me, but I can't help it. So Vaheguru Ji is the one that can destroy all those ashubh guna. Phir tahe usare usre tahe. So again, usare, those negative qualities are built up inside us. Tahe, Maharaj Ji aap ta dinde han, nash kar dinde han, they destroy themselves. So tahe usare usre tahe. And again, those negative qualities that we have inside us, Guru Sahib Ji, all those good qualities, now Vaheguru Ji can make them manifest inside us as well. Jaisi ardaas karoge, hanji. ਭਰਮ ਭੁਲਾਨੇ ਭਈ ਦੀਵਾਨੇ ਵਿਣ ਭਾਗਾ ਕਿਆ ਪਾਈਐ. ਸੋ ਇਸ ਪੰਕਤੀ ਤੋਂ ਪਹਿਲਾਂ ਜਿਹੜਾ ਦੂਜਾ ਅਰਥ ਹੈ, ਸਾਰਾ ਭਰ ਸੁੱਖ ਹੈ ਪੀ ਭਰ ਭੁੱਖ ਹੈ, ਸਾਰਾ ਭਰ ਸੁੱਖ ਹੈ ਦੇ ਮਹਾਰਾਜ ਜੀ ਸੇ ਨਾ ਇਮੇਜਿਨ ਇਨ ਸਾਰ ਆਵਰ ਮਾਈਂਡ, ਸਾਰਾ ਭਰ ਭੁੱਖ ਹੈ ਸੁੱਖ ਹੈ, ਮਾਫ਼ ਕਰੋ ਜੀ, ਦੇ ਸੇ ਇਨ ਸਾਰ ਆਵਰ ਮਾਈਂਡ ਵੀ ਹੈਵ ਦਿਸ ਸਰੋਵਰ, ਵੀ ਹੈਵ ਦਿਸ ਸਰੋਵਰ ਇਨ ਸਾਰ ਆਵਰ ਮਾਈਂਡ, ਐਂਡ ਵਟ ਇਜ਼ ਦਾ ਗੁਰੂ ਡੂ? That sarovar of our mind can be just so dry, can be so sukka. Sara para sok hai, pi para pok hai. Guru Sahib Ji take the naam rupi jal and fill that inside us and make us hari aval again, make us blossom again. That is what the Guru can do. Samrath ve paravahe. That is how powerful our Guru is. Suke kaasta hariya. Let me read in Rera Sada part. Suke hai means sukka. To be dry, to wither away. Suke kaasta hariya. Hariya means that lakkar, that piece of wood, can become hariyaval, can become beautiful again, can blossom again. That for many years or many months or many days or many hours, we may feel so demotivated, okay, I don't want to do any more seva. I don't want to walk this path anymore. Because Maharaji tells us that this path is very hard. Satguru ki seva gakari. To do Guru Sahib Ji's seva is very hard. To do it lagatar. Lagatar means continuously. Everybody, you know, we do seva for a few days, few months, maybe a few years. But our gurus did seva for many years. Look at Guru Amar Das Ji Maharaj Ji. 12 saal vaste, for 12 years, lagatar, har roj, every single day, Baba Amar Das Ji, our third guru, did seva every single day for 12 years. Now, how many of us can say we've done seva for 12 years every single day without missing a day? Baba Sham Singh Ji,
Baba Sham Singh Ji was a great Mahapurush from the previous century. Baba Sham Singh Ji did seva at Siddhi Darbar Sahib, Harmandir Sahib, for 70 years every day. 70 years, every single day. What great Guru Sikhs do we have in at the house who define what Gurbani is saying? They're living that. Gurbani is speaking about these Gurmukhs at Baba Sham Singh Ji, who for every single day for 70 years would go to Siddhi Darbar Sahib, Kirtan Di Seva. They'll even go and pick up the droppings of the birds. If you've ever been to India, you see yourself with the birds and they drop their droppings in the Parkarma. And Babaji every single morning would go and they would pick up the droppings. They'd even go to Vishad, the Chadra as well in the morning. They were the Kirtani of the Guru's God and they were still doing Chadra Di Seva as well, Vishad the Chadra, every single morning at Asiriya Kaal Tak Sahib. So Guru Maharaj is the one that can take our lives, that can feel so useful, useless, feel like such a waste. Suke kaasta hariya, and they can make us feel hariyaval again, can make us blossom again. If you feel like we're drowning, Jeko dube, fir hove sar, Maharaj says, even if you feel like we're drowning, the Guru can lift us out of that ocean. He can lift us out of that deep pit that we've fallen into. And the Guru can help us out. There's a pankti in Sri Sukhmani Sahib that speaks about this as well, if I can remember it. Andhkoop mehe patte bikral, nanak kaadle ho prabh dayal. Andhkoop. Koop here means a khuhu, a well. Anne khuhu. They say this khuhu is so deep. Andhkoop mehe patte bikral. They say that I am this patit, I am this papi, and I'm stuck at the bottom of this well. Nanak kaad leho prabh dayal. Ke Maharaj ji mene kaad lo, take me out of this. Take me out of this world I'm stuck in, via the bottom. Nanak kaad leho prabh dayal. With your own hand, you are so merciful, Vaheguru ji. Can you pull me out? So when we look at the Bani of Siddhi Sukhmani Sahib, Sukha di Mani, this jewel to give us Sukh, the Guru is giving us all the answers in there. Yeah, we can take these pankti and we can make them our ardas. If you feel in our lives that we're so depressed, we're so dukhi, we've gone into such a bad situation, sara para sokha, and now this life of us has become, our life has become so dry. It's, you know, something's dry, it doesn't have a good taste. We eat food that's dry, generally speaking, like, this doesn't taste nice. There's no pleasure in this, there's no sukh in this. The Guru is the one that can rejuvenate us, that can make us hariyaval again, that can make us blossom again. Pi para pokha, they can fill us with water again. That is how samrath, that is how powerful shaktivan our Guru is, that our Guru can be the one that can change our lives in a second. Balahari guru apane, deohari sadavar, jin manas te devte kiye kartan lagi var. Maharaj ji, aap kehne ke koi deri to bina, without no delay, Guru Sahib Ji Kartna Lagiva. They can change our lives in just a second if they wanted to, and destroy all of our ogan, destroy all of our obstacles, all the rukavata that come in our lives. Maharaj Ji, aap nash kar dinde han hanji. Param polane pahi devane vin paga kya paiya. So Sahib Singh Ji, is katha de aram de vich, before we, when we started this katha, we gave the pankti ke bina paga satsang na labbe. Without good fortune, satsang na labbe, satsang di praapti ni hundi. We cannot gain satsangat.
Etymology speak it to us and they say ke vin bhaga kya paai hai ke viva vadde bhagwa great fortune kya paai hai how can we meet Vaheguru ji without good fortune we cannot meet Vaheguru ji and to meet Vaheguru ji we have to do sadh sangat because through sadh sangat the guru allows us to meet parameshwar Vaheguru ji vich sangat ahar prab vasai jiyo ke maharaj ji aap sangat vich vasde han ਅਤੇ ਸਤ ਸੰਗਤ ਮਿਲੇ ਸੋ ਤਰਿਆ ਸਾਧ ਸੰਗਤ ਕਰਕੇ ਬਾਈ ਡੂਇੰਗ ਸਾਧ ਸੰਗਤ ਵੇਖਾ ਵੀ ਰੱਖੋ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਐਂਡ ਵਟ ਇਜ਼ ਸਾਧ ਸੰਗਤ ਸਾਧ ਸੰਗਤ ਇਜ਼ ਨੋਟ ਸੰਬਡੀ ਹੂ ਜਸਟ ਲੁਕਸ ਲਾਈਕ ਮੀ ਹੂ ਹੈਜ਼ ਅ ਦਸਤਾਰ ਹੈਜ਼ ਅ ਬੇਡ ਹੂ ਮੇ ਵੇਅਰ ਦ ਪੰਚ ਕੰਕਾਰ ਦੈਟਸ ਪ੍ਰੋਬਬਲੀ ਸੰਬਡੀ ਹੂ ਕੁਡ ਬੀ ਸਾਧ ਸੰਗਤ ਸਾਧ ਸੰਗਤ ਇਜ਼ ਜਿੱਥੇ ਇੱਕੋ ਨਾਮ ਵਿਖਾਣੀ ਹੈ Where there's vichar or naam, where they are connected to naam. Because in today's world, you can have a bunch of things sitting together, where their vichar could just be of a football game. That is not sadh sangat. That is just probably just sangat. I don't know what sangat that is. Depends on what they're saying about the football game. But sadh sangat is that thing, is that moment, jithe eko naam vakhaniya, where there is, when they're contemplating upon naam, where they're trying to connect those that are helping us improve our spiritual jivan. When's the last, have we ever met such a person, such a gurusikh, that by doing their sangha, we've just taken something away? That is sadh sangha. Where we learned something that was of use to us, that helped us in our spirituality. One of these sangha karke, ja one of their bachan sunke, we took something away. ਭਾਵੇਂ ਦੇ ਕੇ ਠੋਕ ਟੋਸ ਤੋਂ ਬਾਅਦ ਮਹਿਮਾ ਸ੍ਰੀ ਜਪਜੀ ਸਾਹਿਬ ਦਾ ਪਾਠ ਕਿ ਪੁਰਾਤਨ ਸਮੇਂ ਦੇ ਵਿੱਚ ਗੁਰਸਿੱਖ ਜਾਪ ਕਰਦੇ ਸਨ ਦਸ ਪਾਠ ਜਪਜੀ ਸਾਹਿਬ ਦੇ ਪਾਠ ਪੱਚੀ ਪਾਠ ਇਕਵੰਜਾ ਪਾਠ ਚੁਰਾਸੀ ਪਾਠ ਔਫ ਜਪਜੀ ਸਾਹਿਬ ਦੇ ਮੇ ਡੂ ਪੰਜ ਗ੍ਰੰਥੀ ਦਾ ਨਿਤਨੇਮ ਅਤੇ ਉਹਨਾਂ ਦੇ ਬੱਚੇ ਨੂੰ ਸੁਣ ਕੇ ਬਾਈ ਲਿਸਨ ਟੂ ਵਟ ਦੇ ਸੇਇੰਗ ਦੈਨ ਇਟ ਹੈਜ਼ ਐਨ ਇਫੈਕਟ ਔਨ ਅਸ Then we start to do a job. Then we start to do more pagati. So, vinapaga kya paaye? Without good fortune, how can we gain this? We can't. Because those who do not have vadde pag, those who do not have great fortune, Maharaj says, param palane paye devane. They travel this whole world in param doubt. In everything they do, there's param. In everything that they hear, there's param. They just lost. Param palane paye devane. Devane he means crazy, pagal. Their whole life is crazy. They are crazy. Their actions are crazy. But to them, the guru ka sikh looks crazy. Look how crazy that is. The people of the world think the guru ka sikh is crazy, and the guru ka sikh thinks the whole dunya is crazy. And this happened to our own guru, Guru Nanak Dev Ji. When Guru Nanak Dev Ji Maharaj Ji came out of Vainadi, Guru Nanak Dev Ji Maharaj Ji went towards a graveyard. Utthe baith ke Sat Sangat Ji Guru Nanak Dev Ji went to Samadhi. So we heard the Sakhi when they go to Sachkhand, they disappear in the river for 3 days. But if you never knew this, when Guru Nanak Dev Ji came out, they went and sat in the graveyard. Guru Nanak Dev Ji used to work in a shop. The Honavi Sat Sangat Ji, Sri Sultanpur Sahib, you can go to that shop, Godora Hatta Sahib. And you can see what they used to weigh
all the items to sell them. Guru Nanak Dev Ji Maharaj Ji opened the lock on that door, let everybody go inside and take whatever they want for free. The Guru Nanak Dev Ji Maharaj Ji went inside in the graveyard. At this time, Bhai Jai Ram Ji is Guru Nanak Dev Ji's brother-in-law, Bibi Nanak Ji's husband. Bhai Jai Ram Ji is told by the people that are there, and also Daulat Khan, that they're stealing all this stuff from the shop. And who's going to pay for the kata? The lack of money, because they take everything for free. When they did the Ashab Kitab, the accounts, they found there was a vada. There was a 670 rupee vada. So they made more money. There was a profit. Many times this happened, not just once. And what did Guru Nanak did you do when they heard about this profit? Guru Nanak said, give it to the fakirs. Give it to the saints. Their Baba Nanak Ji, Guru Nanak Ji's, their Sora, their father-in-law, Baba Moolchand. Baba Moolchand Ji heard about this. And he heard that Guru Nanak Ji sitting in a graveyard and disappeared for 3 days. So Baba Moolchand said that Guru Nanak Ji's gone crazy. Guru Nanak Ji's gone crazy. And this money that Guru Nanak Ji made, this profit, give it to Baba Sri Chand and Baba Lakshmi Das. Bibi Sulakhani Ji. Give it to their wife and their kids. But at this time, Daulat Khan Lodi was a bit confused. He's thinking, what should I do? Should I listen to Guru Nanak Dev Ji and give the money to the Pukhe Sadhus, you can say, or should I give it to their family? At this time, another person comes forward, an exorcist, a Maulvi, and he says, maybe Guru Nanak Dev Ji has a ghost inside them. They have a poot inside them. This happened. They thought our guru was possessed. Or they're just fine. So they brought an exorcist to Guru Nanak Dev Ji Maharaj Ji to perform an exorcism on Guru Nanak Dev Ji. They got a vatti, they got like a, what you use, you light a piece of wick. And they put it up Guru Nanak Dev Ji's nose when Maharaj is singing Samadhi. They also say, when Guru Nanak Ji Maharaj Ji opens their eyes and Guru Nanak Ji uchars a shabad, ਅਤੇ ਉਹ ਸ਼ਬਦ ਵਿੱਚ ਗੁਰੂ ਸਾਹਿਬ ਸਿੱਖ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵੇਚਾਰਾ ਪਿਆ ਦਵਾਨਾ ਸਾਹਕਾ ਨਾਨਕ ਬਹੁਰਾਨਾ ਹਉ ਹਰ ਬਿਨ ਅਵਰ ਨ ਜਾਨਾ ਸੋ ਗੁਰੂ ਮਹਾਰਾਜ ਜੀ ਸੈਜ਼ ਇਨ ਦਾ ਓਵਨਸ ਕੋਈ ਆਖੇ ਭੂਤਨਾ ਪੀਪਲ ਕਾਲਡ ਮੀ ਅ ਭੂਤ ਕੋਈ ਆਖੇ ਭੂਤਨਾ ਕੋ ਕਹੇ ਦਵਾਨਾ ਸੇ ਆਮ ਕ੍ਰੇਜ਼ੀ ਕੋਈ ਆਖੇ ਆਦਮੀ ਨਾਨਕ ਵੇਚਾਰ ਸੇ ਨਾਨਕ ਗੁਰੂ ਨਾਨਕ ਜਿਸ ਨੋ ਪਰਸਨ But Guru Nanak Dev Ji said to the whole dunya, Paya Devana Sahaka. Guru Nanak said, I am crazy. But I'm crazy in love with Vaiguru Ji. Puma Prema Pagati, that I'm in love with my Guru. I'm in love with Vaiguru Ji. Oh, Har bin Avar na Janna. Ke Vaiguru Ji to bina Avar na Janna. I know nobody else but Vaiguru Ji. So that was Maharaj Ji's bachan ke param palane paye devane. The whole dunya is crazy, but the whole dunya thinks the Guru Ka Sikh is crazy. But the Guru Ka Sikh is only crazy in love with the Guru. Paye devana saha ka nanak baurana ho har bina avar na jana hanji. Gurmukh gyan dori prab pakdi jin khinchay tin jaiya. Phir agge Maharaj Ji bachan karde han. Guru Sahib Ji says, Gurmukha, the one who faces their Guru,
ਗੁਰਮੁਖ ਬਣ ਕੇ ਗਿਆਨ ਡੋਰੀ ਪ੍ਰਭ ਪਕੜੀ। ਦੇ ਗੁਰੂ ਬਲੈਸਿਸ ਦੇ ਵਿੱਚ ਗਿਆਨ, ਕਿ ਉਹਨਾਂ ਦੇ ਵਿੱਚ ਗਿਆਨ ਪੈਦਾ ਹੋ ਜਾਂਦਾ ਜਾਂ ਗਿਆਨ ਦਾ ਪ੍ਰਕਾਸ਼ ਹੁੰਦਾ। ਇਨਸਾਨ ਦੇ ਦਿਸ ਗਿਆਨ ਇਜ਼ ਗਿਵਨ ਟੂ ਹਿਮ ਡੋਰੀ ਪ੍ਰਭ ਪਕੜੀ। ਡੋਰੀ ਇਜ਼ ਅ ਪੁਆਇੰਟ ਰਿਫਾਈਨਡ ਲਾਈਕ ਅ ਰੱਸੀ, ਪ੍ਰੇਮ ਦੀ ਰੱਸੀ। ਦੈਟ ਦ ਗੁਰੂ ਗਿਵਸ ਦੇਮ ਦਿਸ ਰੋਪ ਐਂਡ ਦ ਸਿੱਖ ਹੋਲਡਜ਼ ਔਨ ਟੂ ਇਟ। The Sikh holds on to the Guru's dori. They hold on to this piece of rope all the time. They fed jin khinche tin jaiye, that wherever the Guru pulls that string, the Sikh goes. Wherever the Guru says, it's almost like a leash, that wherever the Guru tells me to go, I will go there. And there's another sakhi that goes with Sopagat Ravidas ji. Bhagat Ravidas ji would sit on a pathar and he'll make jutiya. That was his job, to make shoes. The Bhagat Ravidas ji sitting on his pathar, one day these Brahmins came to see Bhagat Ravidas ji, and they loved the look of this pathar, because the Brahmins, the Hindu log, they do puja of pathar, of a stone. So they said to Bhagat Ravidas ji, want to buy this stone off you. Bhagat Ravidas ji says that it's not for sale, because I need it to do my kamkar, to do my work. ਪ੍ਰਸਾਦ ਸਿੰਘ ਜੀ ਕੁਝ ਕੁ ਦਿਨਾਂ ਬਾਅਦ ਮੈਨੀ ਸਾਧੂਜ ਮਹਾਤਮਾਸ ਕੇਮ ਟੂ ਵਿਜ਼ਿਟ ਭਗਤ ਰਵਿਦਾਸ ਜੀ, ਐਂਡ ਭਗਤ ਰਵਿਦਾਸ ਜੀ ਹੈਡ ਨੋ ਮਨੀ ਟੂ ਡੂ ਦੇਅਰ ਸੇਵਾ, ਸੋ ਹੀ ਸੇਲਸ ਦ ਪੱਥਰ ਟੂ ਦ ਬ੍ਰਾਹਮਣਸ। ਸੋ ਪੱਥਰ ਨੂੰ ਵੇਚ ਕੇ ਦੇ ਗੇਨ ਸਮ ਮਨੀ ਐਂਡ ਦੇ ਡੂ ਸੇਵਾ ਆਫ ਦ ਸਾਧੂ ਸੰਤਸ। ਦੈਨ ਵਾਟ ਹੈਪਨਸ ਇਜ਼ ਅ ਫਿਊ ਡੇਜ਼ ਲੇਟਰ, ਦੋਜ਼ ਬ੍ਰਾਹਮਣਸ ਦੈਟ ਬੋਟ ਦ ਪੱਥਰ ਆਫ ਭਗਤ ਰਵਿਦਾਸ ਜੀ, they say to Bhagat Ravidas, they start to puja the pathar, they start to wash it, they wrap it in kapra, and they do puja of the stone. And at night, they have a dream. And in that supana, Vaheguruji comes and sits on their chest. And Vaheguruji says to them, okay, you've taken me away from my Bhagat Ravidas ji. Give me back to Bhagat Ravidas ji. Obviously, don't get caught up in the pathar, eh? There's a point to the sakhi. The Brahmins then return the pathar to Bhagat Ravidas ji, but they don't take the money back. Bhagat Ravidas ji carries on doing his work, sitting on this pathar, on this rock. Then later, at night time, Bhagat Ravidas ji goes to sleep. One of the supne which in his dream, he has darshan of Vaheguru ji. The Vaheguru ji says to Bhagat Ravidas ji, hey Bhagat Ravidas ji, tu bhagat hai ja thaggi hai? Nisa, are you a bhagat? Or are you a chor or a thuggi? Are you a thief? Or are you a devotee of mine? The Bhagat ji says, what do you mean by this? The Osimile Vaheguru ji says, you took the pathar back, but you kept the money. So you're a cheat. And he said, for this reason, Bhagat Ravidas ji, I should cut you into little pieces and punish you for this. And this is all a test of Bhagat Ravidas ji's love for Vaheguru ji. Because when Bhagat Ravidas ji heard this, they said to Vaheguru ji, Kaha payo, jo tan payo chena chena, prem jaye, to dar pe tero jan. They say, so what if you cut me into little pieces? I don't mind. Prem jaye, to dar pe tero jan. If my prem was to go for you, then I'll be scared. But if my prem stays for you, Vaheguru ji, then if you want to cut me into little pieces, cut me into little pieces. Mainu ki hai ga, I don't care. As long as I have your prem, it doesn't matter what you do to me. And in the Akhiliya Pankti of that Shabad, they say, Prem ki jevri, bandyo tero jan, keh Ravidas chutebo kavanagun. Bhagat Ravidas, he says that, like we read here about this dori,
about this gurmukh gyan dori prab pakri jin khinche tin jaiye bhagat ravdas ji says to us ke prem ki jevri badyo te ro jan ta vai guru ji I am tied in your rope of love kehe ravdas chutvo kavan gun why would I want to be separated from you I like to be attached to you I love being caught up in this rassi this prem this rope of love that you've got me tied in that I don't care do whatever you want to me kaha payo jo tan payo chin chin cut me into little pieces but prem jaye to dad pae tero jan if I lose my prem for you then I'm in and then I have fear inside me but as long as I have your prem vai guru ji I have no fear inside me haan ji ਹਰ ਗੁਣ ਗਾਏ ਸਦਾ ਰੰਗ ਰਾਤੀ ਬਹੁੜ ਨਾ ਪਛੋਤਾਈਐ ਸੋ ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਹਰ ਗੁਣ ਗਾਏ ਕਿ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੋ ਸਿੰਘ ਵਾਹਿਗੁਰੂ ਜੀ ਪ੍ਰੇਜ਼ ਸਦਾ ਰੰਗ ਰਾਤੇ ਐਂਡ ਆਲਵੇਜ਼ ਬੀ ਇੰਬਿਊਡ ਇਨ ਵਾਹਿਗੁਰੂ ਜੀ ਪ੍ਰੇਮ ਆਲ ਦਾ ਟਾਈਮ ਸਦਾ ਹਮੇਸ਼ਾ ਹੀ ਸਤ ਸੁਹਾਨ ਸਦਾ ਮਨ ਚਾਓ ਇਨ ਜਪਜੀ ਸਾਹਿਬ ਦਾ ਪਾਠ ਕਿ ਸਵਾਸਥ ਆਤ ਬਾਣੀ ਬਰਮਾਓ ਵਨ ਅਰਥ ਦਿਸ ਸਵਾਸਥ ਮੀਨਸ ਅੰਮ੍ਰਿਤ ਵੇਲਾ Maharaji asked the question, ke when do we do bhakti? When should we do bhakti? The Maharaji gave the uttar ke swast aath bani barma swast paver amrit vela aath sandhya da vela paver sham nu swast aath bani barmao gurbani da jaap karo. Sat sohan sada man chao, phir sat sohan. Jo us sat sroope vai guru ji, sat sohan sada man chao, hamesha hi. Athe pair, din raat, unada tyan kuro. ਉਹਨਾਂ 'ਤੇ ਧਿਆਨ ਕਰੋ ਫੋਕਸ ਔਨ ਦੈਮ ਆਲ ਦਾ ਟਾਈਮ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਸੇਂਟ ਹੋਸ ਆਲ ਦਾ ਟਾਈਮ ਸੋ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁਰ ਨਾ ਪਛੋਤਾਈਏ ਫਿਰ ਅੰਤ ਦੇ ਵਿੱਚ ਸਾਧ ਸਿੰਘ ਜੀ ਵਿਲ ਨਾਟ ਹੈਵ ਨੋ ਰਿਗਰੈਟਸ ਇਫ ਵੀ ਲਿਵ ਅ ਲਾਈਫ ਆਫ ਰਿਮੈਂਬਰਿੰਗ ਦਾ ਗੁਰੂ ਆਲ ਟਾਈਮਸ ਹਰ ਗੁਣ ਗਾਏ ਸਿੰਗਿੰਗ ਵਾਹਿਗੁਰੂ ਜੀ ਪ੍ਰੇਜ਼ਸ ਸਦਾ ਰੰਗ ਰਾਤੇ ਬੀਇੰਗ ਇੰਬਿਊਡ ਇਨ ਦ ਲਵ ਫਿਰ ਮਾਰਚ ਇਜ਼ ਦ ਐਂਡ ਆਫ ਆਰ ਲਾਈਵਸ ਯੂ ਹੈਵ ਨੋ ਰਿਗਰੈਟ ਹਾਂ ਜੀ ਭਾਬੈ ਭਾਲਹ ਗੁਰਮੁਖ ਬੂਝਹ ਤਾ ਨਿਜ ਘਰ ਵਾਸਾ ਪਾਈਐ ਸੋ ਫਿਰ ਅੱਗੇ ਹੁਣ ਸਾਧ ਸਿੰਘ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਿਵਸ ਦਾ ਅਰਥ ਆਫ ਭਾਬਾ ਕਿ ਭਾਬਾ ਦਾ ਅਰਥ ਕੀ ਹੈ ਭਾਬੈ ਭਾਲ ਹੈ ਗੁਰਮੁਖ ਬੂਝਹ ਗੁਰੂ ਸਾਹਿਬ ਕੇ ਭਾਲ ਹੈ ਦਾ ਗੁਰਮੁਖ ਇਜ਼ ਆਲਵੇਜ਼ ਸਰਚਿੰਗ ਫੋਰ ਵਾਹਿਗੁਰੂ ਜੀ ਦਿਸ ਇਜ਼ ਦਾ ਜੋਬ ਆਫ ਦਾ ਗੁਰਮੁਖ ਕਿ ਆਲ ਦਾ ਟਾਈਮ ਦੇ ਆਰ ਸਰਚਿੰਗ ਫੋਰ that suk that suk srupa vaiguru ji all the time so babbe maharaj ji saying ke pal hai gurmukh bujh hai ke khoj karke by again and again searching the gurmukh bujh hai that gurmukh bujh means to understand they come to understand vaiguru ji vaiguru ji nu jante han they come to know who is vaiguru ji they gain an understanding phir ta ਨਿਜ ਘਰ ਵਾਸਾ ਪਾਈਐ ਫਿਰ ਸਾਧ ਸਿੰਘ ਜੀ ਨਿਜ ਘਰ ਆਪਣੇ ਸਰੀਰ ਰੂਪੇ ਘਰ ਦੇ ਵਿੱਚ ਵਾਸਾ ਪਾਈਐ ਵਾਹਿਗੁਰੂ ਜੀ ਆਪ ਪ੍ਰਗਟ ਹੋ ਜਾਂਦਾ ਹੈ ਦੇ ਬਿਖਮ ਮੈਨੀਫੈਸਟਡ ਇਨਸਾਈਡ ਅਸ ਵਾਹਿਗੁਰੂ ਜੀ ਬਿਖਮਸ ਪ੍ਰਗਟ ਵਾਹਿਗੁਰੂ ਜੀ ਵਾਜ਼ ਆਲਵੇਜ਼ ਦੇਅਰ ਬਟ ਵੀ ਕੁਡ ਨਾਟ ਸੀ ਦੇਮ ਬਿਕਾਜ਼ ਆਫ ਦਾ ਗਿਆਨ ਤਾਂ ਕਜ਼ ਦਾ ਹਨੇਰਾ ਦਾ ਡਾਰਕਨੈਸ ਇਨਸਾਈਡ ਅਸ ਬਟ ਮਾਰਿਸ਼ ਇਸ ਕੇ ਤਾ ਨਿਜ ਘਰ ਵਾਸਾ ਪਾਈਐ ਨਿਜ ਮੀਨਸ ਯੋਰ ਓਨ God means body, God home, but in this case it means Sri Rupi God, this body, Vasa means to reside, Paiye, to gain. Ke Vaheguru Ji then comes and sits inside us, Hanji.
ਭਾਬੈ ਪਉਜਲ ਮਾਰਕ ਵਿਖੜਾ ਆਸ ਨਿਰਾਸਾ ਤਰੀਐ ਤੇ ਮਹਾਰਾਜ ਜੀ ਕੰਟੀਨਿਊਸ ਦਿਸ ਇਜ਼ ਭਾਬੈ ਅਗੇਨ ਨਵ ਅਰਥ ਪਉਜਲ ਮਾਰਕ ਵਿਖੜਾ ਦੇ ਸੇ ਦਿਸ ਰਸਤਾ ਇਜ਼ ਵੈਰੀ ਕਠਨ ਦਿਸ ਰਸਤਾ ਬੈਕ ਟੂ ਵਾਹਿਗੁਰੂ ਜੀ ਟੂ ਮੀਟ ਵਾਹਿਗੁਰੂ ਜੀ ਦੇ ਸੇ ਪਉਜਲ ਮਾਰਕ ਵਿਖੜਾ ਮਾਰਕ ਹੀ ਮੀਨਸ ਪਾਥ ਵਿਖੜਾ ਮੀਨਸ ਹਾਰਡ ਕਠਨ ਸਭ ਤੋਂ ਕਠਨ ਆ ਪਉਜਲ ਪਉਜਲ ਹੈ ਮੀਨਸ ਜਲ ਮੀਨਸ ਵਾਟਰ ਪਉ ਮੀਨਸ ਸਕੈਰੀ ਭਾਵੇਂ ਜੋ ਇਸ ਸਮੁੰਦਰ ਇਸ ਸੰਸਾਰ ਸਮੁੰਦਰ ਦਿਸ ਹਾਉ ਦੁਨੀਆ ਇਜ਼ ਲਾਈਕ ਅ ਬਿਗ ਓਸ਼ਨ ਤੇ ਮਾਰਿਸ਼ ਇਜ਼ ਦੈਟ ਇਜ਼ ਵੈਰੀ ਸਕੈਰੀ ਬਿਕ ਪਉਜਲ ਕੱਢ ਲੈ ਆਈ ਰੀਡਿੰਗ ਗੁਰਬਾਣੀ ਸੋ ਮਾਰਿਸ਼ ਹੈ ਕਿ ਪਉਜਲ ਮਾਰਗ ਵਿਖੜਾ ਆਸਨ ਰਾਸਾ ਤੜੀਐ Tariya means to be carried across. If you want to get across, they say, Asa Nirasa. They say, take all of our asa, all of our desires, and become Nirasa. Become Beasa. Take away all of our desires. Have no desire for this world. The only desire to have is of Vaiguruji. All these hopes and desires of what we're going to achieve in the world, what we're going to become, what's going to happen hon, ke kuch ko saala baad, when we gain a family, kids, Guru Sahib says, put that all to one side. Then we'll be carried across. It will happen, it won't happen. Whatever's going to happen is in Vaiguruji's hukam. They say, become be'asa. Have no hopes and desires in the world. And fir tariye, fir os manukh, is pav sagar to tar janda hai hanji. Gur parasadi apo china, jeev teya ev mariya. Fir saasang ji akhili pangti de vich, Guru Nanak ji Maharaj ji bachan karde han ke gur parasadi apo china. Ke Guru Sahib ji de kirpa de naal apo china, that we gain understanding of ourselves. Asi apne aap nu pachhan deya. When Vaiguru ji does kirpa, ਕਿਰਪਾ ਤੋਂ ਬਿਨਾਂ ਸਾਧ ਸੰਗਤ ਜੀ ਵੀ ਸਟੇ ਇਨ ਅਗਿਆਨਤਾ ਵੀ ਸਟੇ ਇਨ ਇਗਨੋਰੈਂਸ ਪਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਫਿਰ ਅਸੀਂ ਆਪਣੇ ਅਸਲ ਸਰੂਪ ਨੇ ਜਾਣਦੇ ਹਾਂ ਵੀ ਅੰਡਰਸਟੈਂਡ ਆਰ ਟਰੂ ਸਰੂਪ ਜੀਵਿਤ ਆ ਇਵ ਮਰੀਐ ਐਂਡ ਦੈਨ ਦੈਟ ਪਰਸਨ ਬਿਕਮਸ ਜੀਵਨ ਮੁਕਤ ਦੈਟ ਪਰਸਨ ਕਿਲਸ ਦੈ ਈਗੋ ਦੇ ਕਿਲ ਦੇ ਅਹੰਕਾਰ ਦੇ ਕਿਲ ਦੇ ਹਉਮੈ ਐਂਡ ਦੇ ਲਿਵ ਦ ਟਰੂ ਲਾਈਫ ਆਫ ਅ ਗੁਰਮੁਖ ਆਖਾ ਜੀਵਾ ਵਿਸਰੈ ਮਰ ਜਾਓ Understand this idea of life and death. It goes beyond this idea of just the body. That person that is living, but they don't remember the Guru, according to Guruma, that person is already dead. We're already dead. If we forget Vaiguruji, we've already died. Because we wasted this life on a spiritual level, not on a worldly level, not on a physical level, this body. This body is going to go anyway. This body is mitti anyway. But ultimate tor te saachi on the spiritual level, if you forget the Guru, we're already dead. We already wasted this life. So Maharaj is saying ke Guru Parasadi Apo Chinai. That through the Guru's kirpa, and how do we earn the Guru's kirpa? Je Lord Hevar Kamani, Satguru Seva Tehe. Satguru Jidi Seva Karo. Man karke, bani karke, te sreed karke. Satguru ji di seva karo. Again and again, serve the Guru. Not just physically, but through our mind and through our words. Serve the Guru again and again and again. So Sadh Sangat ji, we still have about kareeban 10 minutes, ja 15 minutes rehnde aa. So what we're going to do now is we're going to do a Japji Sahib, the Jap Sangat roop de vich, like we've been doing for the past few weeks, in the memory of all the Shaheed Singhs and Singhaniya,
ਉਹਦੇ 28 ਤਰੀਕ ਤੱਕ ਮਿਨਿਸਟਰ ਸ਼ਹੀਦੀ ਪੁਰਬ ਦੇ ਛੋਟੇ ਸਾਹਿਬਜ਼ਾਦੇ ਹਰ ਐਤਵਾਰ ਵੀਡੀਓ ਜਪਜੀ ਸਾਹਿਬ ਦੇ ਜਾਪ ਬੇਨਤੀ ਹੈ ਸਿੰਘ ਨੂੰ ਹਾਂਜੀ ਸੋ ਵਿਲ ਡੂ ਅ ਜਪਜੀ ਸਾਹਿਬ ਸੰਗਤ ਰੂਪ ਸੋ ਦਾਸ ਵੀ ਦੇ ਪਹਿਲੀ ਪੰਕਤੀ ਫਿਰ ਸਾਰੀ ਸੰਗਤ ਦੂਜੀ ਪੰਕਤੀ ਫਿਰ ਅਗੇਨ ਬੈਕ ਐਂਡ ਫੋਰਵਰਡ ਉਰੂ ਜਪਜੀ ਸਾਹਿਬ ਠੀਕ ਹੈ ਫਿਰ ਜਪਜੀ ਸਾਹਿਬ ਤੋਂ ਬਾਅਦ ਵੀ ਦ ਲਾਸਟ ਟੂ ਪੰਕਤੀ ਹੈ ਫਿਰ ਅਸੀਂ ਸਮਾਪਤੀ ਕਰਾਂਗੇ ਕਥਾ ਦੀ ਸਮਾਪਤੀ ਹਾਂਜੀ ਸੋ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਲੈਸ ਉਰੂ ਜਪਜੀ ਸਾਹਿਬ ਦਾ ਪਾਠ ਕਹਿਵਰ ਸੰਗਤ ਰੂਪ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਸਾਧ ਸਿੰਘ ਜੀ ਸਾਰੀ ਸੰਗਤ ਜਾਪ ਕਰਨਾ ਹੈ ਸੋ ਵਿਸਤਾਰ ਵਿੱਚ ਜਪਜੀ ਸਾਹਿਬ ਦਾ ਪਾਠ ਨਾ ਐਂਡ ਦੈਨ ਇਟ ਸ਼ੁੱਡ ਬੀ ਔਨ ਦਾ ਬੋਰਡ ਇਜ਼ ਆਲਸੋ ਐਵਰੀਬਾਡੀ ਕੈਨ ਰੀਡ ਅਲੋਂਗ ਐਜ਼ ਵੈਲ ਐਂਡ ਇਫ ਯੂ ਕਾਂਟ ਰੀਡ ਪੰਜਾਬੀ ਇਫ ਯੂ ਡੋਨਟ ਅੰਡਰਸਟੈਂਡ ਰੀਡ ਦ ਇੰਗਲਿਸ਼ ਟ੍ਰਾਂਸਲੇਸ਼ਨਸ ਵਟ ਇਜ਼ ਗੁਰੂ ਸਾਹਿਬ ਜੀ ਸੇਇੰਗ ਟੂ ਅਸ ਯੂ ਕੈਨ ਰੀਡ ਦ ਔਰ ਇਫ ਦੇਰ ਇਜ਼ ਐਨੀ ਟ੍ਰਾਂਸਲਿਟਰੇਸ਼ਨ ਯੂ ਕੈਨ ਰੀਡ ਦ ਐਜ਼ ਵੈਲ ਬਟ ਜਸਟ ਰੀਡ ਦ ਇੰਗਲਿਸ਼ ਟ੍ਰਾਂਸਲੇਸ਼ਨਸ ਕਿ ਮਾਰ ਜੀ ਕੀ ਕਹਿ ਰਹੇ ਨੇ ਸੋ ਸਾਰੀ ਸੰਗਤ ਕਿਰਪਾ ਕਰੋ ਅਤੇ ਜਾਪ ਕਰੋ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖ ਹਾਦਰਾ ਹਦੂਰ ਕਥਨਾ ਕਥਿਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਹਿ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਕਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੋਹਾਉ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਦਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁੱਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਹੀ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁੱਝਾਈ
ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਤੇ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਗਾ ਜਿਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤੇ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਦਬਲ ਆਕਾਸ਼ ਸੁਣੇ ਦੀਪ ਲੋ ਅਪਾਤਾਲ ਪੋਹੇ ਨਾ ਸਕੈ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਡ ਸਰ ਕਾ ਇਸਨਾਨ ਸੁਣਿਆ ਪਾਰ ਪਰ ਪਾਵ ਹਿਮਾਨ ਸੁਣਿਆ ਲਾਗ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣੇ ਅੰਧੇ ਪਾਵ ਹੈ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛੁਤਾਏ ਕਾਗਦ ਕਲਮ ਨ ਲਿਖੇ ਨ ਹਾਰ ਮੰਨੇ ਕਾ ਬਹ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਨ ਕੀ ਸੁਧ ਮੰਨੇ ਮੂੰਹ ਚੋਟਾ ਨਾ ਖਾਏ ਮੰਨੇ ਜਮ ਕਹਿ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਦ ਸਿਉ ਪ੍ਰਗਟ ਜਾਏ ਮੰਨੇ ਮਗ ਨਾ ਚਾਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੋਖ ਦੁਆਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਰਮ ਨੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਦੇ ਭਾਰ ਤਲੇ ਗਵਣ ਜੋਰ ਜੀ ਜਾਤ ਰੰਗਾ ਕੇ ਨਾਵ ਆਪਣਾ ਲਿਖਿਆ ਬੂੜੀ ਕਲਾ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋ ਕੀਤਾ ਤਾਨ ਸਵਾਲਿਹ ਰੂਪ ਕੀਤੀ ਦਾਦ ਜਾਣੇ ਕੌਣ ਕੂਤ ਤਪਸਾਉ ਇਹ ਕੁਕਵਾਓ ਇਸ ਦੇ ਹੋਏ ਲੱਖ ਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਹ ਭਾਕ ਸਾਰ ਅਸੰਖ ਮੋਹ ਨਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜ ਫਿਰਾਹੇ ਅਸੰਖ ਮਲੇਛ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਹਾ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਆ ਅਸੰਖ ਕਹਿ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸਰ ਨਾਹਿ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾ ਵਿਰ ਨਾਵੇ ਨਾਹੀ ਕੋ ਥਾਉ ਕੁਦਰਤ ਗਮਨ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ
ਪਾਣੀ ਧੋਤੇ ਉਤਰ ਸੋਖੇ ਭੂਤ ਪਲੀਤੀ ਕਾਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਐ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਰ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਨ ਹਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਆਉ ਸਾਜੇ ਆਪੇ ਜਾਣੇ ਸੋਈ ਰਾਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾ ਲਖ ਆਗਾਸਾ ਆਗਾ ਓੜਕ ਓੜਕ ਭਾਲ ਥੱਕੇ ਵੇਦ ਕਹਿਨਕ ਵਾਤ ਸਹਸ ਠਾਰਹ ਕਹਿਨ ਕਿਤੇ ਬਾ ਅਸੁਲੂ ਇੱਕ ਧਾਤ ਲੇਖਾ ਹੋਏ ਤੇ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਰਤਾਨ ਗਿਰਿਹਾ ਸੇਤੀ ਮਾਲ ਧਨ ਕੀੜੀ ਤੁਰ ਨਾ ਹੋਵਣੀ ਜੇ ਦਿਸ ਮਨੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਆਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਉੱਚੇ ਉੱਪਰ ਊਚਾ ਨਾਓ ਕੇਵਡ ਊਚਾ ਹੋਵੇ ਕੋਏ ਇਸ ਊਚੇ ਕਉ ਜਾਣੈ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੇਤੇ ਮੰਗ ਹੈ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਾਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੂਖ ਭੂਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਔਰ ਆਖ ਨ ਸਕੈ ਕੋਏ ਜੇ ਕੋ ਖਾਏ ਕ ਆਕਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਈ ਕੇ ਜਿਸ ਨੂੰ ਬਖਸੇ ਸਿਪਤ ਸਾਲਾ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪਰੇ ਕਰਹਿ ਵਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਏ ਕੇਤੇ ਕਹਿ ਕਹਿ ਉਠ ਉਠ ਜਾਹੇ ਕੇਤੇ ਕੀਤੇ ਹੋਰ ਕਰੇ ਆਖ ਨਸ ਕਹਿ ਕੇ ਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪ੍ਰੀਸਿਓ ਕਹੀਐਨ ਕੇਤੇ ਗਾਵਨ ਹਾਰੇ ਗਾਵਹਿ ਤੁਹਨ ਪਾਉਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਦਿਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ
ਗੁਣੀ ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭਾਂਡਾ ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵਹਿ ਜੋਤ ਦਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀ ਤਾਪਨ ਜਿਵ ਦਿਸ ਦੀ ਵਡਿਆਈ, ਜੋ ਦਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਨ ਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਚਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰ ਨ ਘਾਟ ਘਾਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਬਰਾ ਸਾਧ, ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਦਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੇ ਉਹ ਨਾ ਨਦਰ ਨ ਆਵੈ ਬਹੁਤਾ ਇਹੋ ਵਿਡਾਨ, ਆਦੇਸ ਸਹਿ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਭਉ ਲਖ ਹੋ ਹੇ ਲਖ ਹੋ ਵਹਿ ਲਖ ਵੀਸ, ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ, ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇਕੀਸ, ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜਮਾਨ ਮਨਸੋ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਦੀ ਛੁੱਟੈ ਸੰਸਾਰ, ਜੇ ਸਤ ਜੋਕਰ ਵੇਖੈ ਸੋਏ, ਨਾਨਕ ਉਤਮਿਨੀ ਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀਵ ਜੁਗਤ ਕੇ ਰੰਗ, ਇਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਗਾਏ ਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ, ਕੀਤੇ ਪਵਣ ਪਾਣੀ ਵਹਿ ਸੰਤਰ, ਕੀਤੇ ਕਾਣ ਮਹੇ, ਕੀਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ, ਕੀਤਿਆ ਕਰਮ ਭੂਮੀ ਮੇਰ, ਕੀਤੇ ਕੀਤੇ ਧੂਪ ਦੇਸ, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ, ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ, ਕੀਤੇ ਦੇਵ ਦਾਨਵ ਮੁਨ, ਕੀਤੇ ਕੀਤੇ ਰਤਨ ਸਮੁੰਦ, ਕੀਤਿਆ ਖਾਣੀ, ਕੀਤਿਆ ਬਾਣੀ, ਕੀਤੇ ਪਾਦ ਨਰਿੰਦ, ਕੀਤਿਆ ਸੁਰਤੀ ਸੇਵਕ, ਕੀਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਇੱਥੇ ਨਾਦ ਬਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਇੱਥੇ ਘਾਟ ਘੜੀਐ ਬਹੁਤ ਅਨੂਪ, ਤਾਂਗੀਆਂ ਗੱਲਾਂ ਕਥਿਆ ਨਾ ਜਾ, ਜੇ ਕੋ ਕਹੇ ਪਿੱਛੇ ਪਛੁਤਾਏ, ਇੱਥੇ ਘੜੀਐ ਸੁਰਤ ਮਤ ਮਨ ਬੁੱਧ, ਇੱਥੇ ਘੜੀਐ ਸੁਰਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋ, ਇੱਥੇ ਹੋਰ ਨ ਕੋਈ ਹੋਰ, ਇੱਥੇ ਜੋਤ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਇੱਥੇ ਸੀਤੋ ਸੀਤਾ ਮਹਿਮਾ ਮਾਹਿ, ਤਾਕੇ ਰੂਪ ਨ ਕਥਨੇ ਜਾਹੇ, ਨਾ ਓਹ ਮਰਹਿ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ, ਇੱਥੇ ਭਗਤ ਵਸਹ ਕੈ ਲੋਆ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਇੱਥੇ ਖੰਡ ਮੰਡਲ ਵਰ ਭਾ
ਭੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਤਿਥੈ ਲੋਆ ਲੋਆ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰ ਰਾਸਾਰ ਜਤ ਪਾਹਾਰਾ ਧੀਰਜ ਸੁਣਿਆ ਅਹਰਨ ਮਤ ਵੇਦ ਹਥਿਆਰ ਭਾਉ ਹੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸਿੰਘ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪਲੀਜ਼ ਕਰੋ ਮਿਸਟੇਕਸ ਮੇਰੇ ਕਥਾ ਵਿਚਾਰ ਦੋ ਪੰਕਤੀਆਂ ਪੜ੍ਹ ਕੇ ਫਿਰ ਵੀਡੀਓ ਸਮਾਪਤ ਕਰ ਕਥਾ ਹਾਂਜੀ ਭਾਬੈ ਭਉਜਲ ਮਾਗ ਮਾਰਗ ਵਿਖਰਾ ਆਸ ਨਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵ ਤਿਆ ਇਵ ਮਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ If you enjoyed this video, please like, comment, share and subscribe. Please donate and help spread Guruji's message. Link is in the description below. Waheguru Ji Ka Khalsa, Waheguru Ji Ki Fateh.